ਪਿਆਰੇ ਦਰਸ਼ਕੋ, ਅੱਜ ਕੱਲ੍ਹ ਸਾਨੂੰ ਸੋਸ਼ਲ ਮੀਡੀਆ ਤੇ ਬੜੀਆਂ ਕਹਾਣੀਆਂ, ਕਿੱਸੇ ਤੇ ਸੁਨੇਹੇ ਸੁਣਨ ਨੂੰ ਮਿਲ ਰਹੇ ਨੇ। ਇੱਕ ਕਥਾ ਮੇਰੇ ਵੀ ਹੱਥ ਲੱਗੀ। ਆਂਦੇ ਆ ਕਿ ਵਿਦਰ ਨੇ ਯੁਧਿਸ਼ਟਰ ਨੂੰ ਪੁੱਛਿਆ ਕਿ ਜਦੋਂ ਜੰਗਲ 'ਚ ਅੱਗ ਲੱਗਦੀ ਆ ਤਾਂ ਸਭ ਤੋਂ ਵੱਧ ਨੁਕਸਾਨ ਕਿਹੜੇ ਜਾਨਵਰ ਦਾ ਹੁੰਦਾ। ਯੁਧਿਸ਼ਟਰ ਨੇ ਜਵਾਬ ਦਿੱਤਾ ਕਿ ਸਭ ਤੋਂ ਵੱਧ ਉਹ ਜਾਨਵਰ ਅੱਗ 'ਚ ਸੜ ਕੇ ਸਵਾਹ ਹੁੰਦੇ ਨੇ ਜਿਹੜੇ ਅੱਗ ਲੱਗਣ ਤੋਂ ਪਹਿਲਾਂ ਹੀ ਆਪਣੀ ਪੂਛ ਨੂੰ ਅੱਗ ਲਾ ਕੇ ਬਾਹਰ ਦਲੇਰੀ ਨਾਲ ਘੁੰਮਦੇ ਫਿਰਦੇ ਨੇ। ਜਿਵੇਂ ਸ਼ੇਰ ਹੋਇਆ, ਚੀਤਾ ਹੋਇਆ, ਹਾਥੀ ਹੋਇਆ, ਬਿੱਲੀ ਹੋਈ, ਬਾਂਦਰ ਹੋਈ, ਹਿਰਨ ਹੋਇਆ। ਕਹਿੰਦਾ ਫਿਰ ਬਚਦੇ ਕਿਹੜੇ ਨੇ? ਕਹਿੰਦਾ ਬਚਦੇ ਨੇ ਸਿਰਫ ਚੂਹੇ ਜਿਹੜੇ ਆਪਣੀ ਖੁੱਡ 'ਚ ਰਹਿੰਦੇ ਨੇ। ਸੋ ਜਦੋਂ ਅੱਗ ਸ਼ਾਂਤ ਹੁੰਦੀ ਆ ਇਹੀ ਚੂਹੇ ਬਾਹਰ ਨਿਕਲ ਕੇ ਆਪਣਾ ਜੀਵਨ ਸ਼ਾਂਤੀਪੂਰਵਕ ਬਤੀਤ ਕਰਦੇ ਨੇ। ਸੋ ਭਰਾਵੋ, ਜੇ ਚੂਹੇ ਕਹਾ ਕੇ ਸਾਡੀ ਜਾਨ ਬਚਦੀ ਆ, ਮੇਰਾ ਖਿਆਲ ਕੋਈ ਮਹਿੰਗੀ ਗੱਲ ਨਹੀਂ ਹੈ। ਉਹ ਵੀ ਤਾਂ ਅਸੀਂ ਸਾਰੀ ਉਮਰ ਆਪਣੀਆਂ ਜਨਾਨੀਆਂ ਮੂਹਰੇ ਚੂਹੇ ਹੀ ਬਣੇ ਹੁੰਦੇ ਹਾਂ, ਫਿਰ ਕੀ ਅਜੇ ਇੱਕ ਅੱਧੇ ਵਾਰੀ ਪਬਲੀਕਲੀ ਫਿਰ ਸੁਣ ਲਾਂਗੇ? ਨਾਲੇ ਚੂਹਾ ਕਹਾਉਣਾ ਤਾਂ ਮਾਣ ਦੀ ਗੱਲ ਆ, ਐਵੇਂ ਨਹੀਂ ਗਣੇ 'ਚ ਚੂਹੇ ਦੀ ਸਵਾਰੀ ਕਰਦੇ ਰਹੇ। ਸੋ ਆਪਣੀਆਂ ਆਪਣੀਆਂ ਖੁੱਡਾਂ 'ਚ, ਮੇਰਾ ਮਤਲਬ ਆਪਣੇ ਆਪਣੇ ਘਰੇ ਟਿਕ ਕੇ ਬੈਠੇ ਰਹੋ। ਔਰ ਦੂਸਰਾ, ਮੈਂ ਸਰਕਾਰ ਨੂੰ ਸੁਝਾਅ ਦੇਣਾ ਚਾਹੁੰਦਾ ਵੀ ਜਿਹੜੇ ਤੁਸੀਂ ਲੱਖਾਂ ਫੂਡ ਦੇ ਪੈਕਟ ਬਣਾ ਕੇ ਗਰੀਬਾਂ 'ਚ ਵੰਡ ਰਹੇ ਹੋ, ਉਹਦੇ 'ਚ ਇੱਕ ਇੱਕ ਡੱਬੀ ਡਾਈ ਦੀ ਵੀ ਪਾ ਦਿਓ। ਹਫ਼ਤੇ 'ਚ ਕਈ ਮੇਰੇ ਵਰਗੇ ਦੇਖੋ ਬਦਰੰਗ ਹੋ ਗਏ ਹੋਣੇ ਆ।